ਤੁਸੀਂ ਦੇਖ ਸਕਦੇ ਪਏ ਪਿਛਾਤੀ ਘਰ ਬਣਾ ਦਾ ਬਣਦਾ ਪਿਆ, ਉਹ ਚਾਚਾ ਰੋੜੀ ਵਾਲਾ ਡੇ ਗੰਦ ਪੈਂਦਾ ਪਿਆ ਰੋੜੀ ਦੇ ਵਿੱਚ, ਸਿੱਧੂ ਪਲਾਜ਼ਾ ਬਣਦਾ ਪਿਆ ਦੇਖ ਸਕਦੇ ਤੁਸੀਂ। ਵੈਲਕਮ ਦੋਸਤੋ, ਕਿਆ ਹਾਲ ਠੀਕ ਠਾਕ ਵੀ ਤਬੀਅਤ ਸਹਿ ਠੀਕ ਹੈ। ਮੈਂ ਹਾਂ ਤੁਹਾਡਾ ਆਪਣਾ ਮਜਵਾਜੀ, ਤੁਸੀਂ ਸੁਣਦੇ ਪਏ ਮੇਰਾ ਯੂਟਿਊਬ ਚੈਨਲ ਵਾਜਦ ਅਲੀ ਫਿਸ਼ਰ। ਦੋਸਤੋ ਅੱਜ ਸਮਝਦੇ ਪਏ ਸਾਡੇ ਘਰ ਦੇ ਨਾਲ ਇੱਕ ਨਵਾਂ ਪਲਾਜ਼ਾ ਬਣਦਾ ਪਏ ਅਤੇ ਉਹਦਾ ਨਾਂ ਹੀ ਰੱਖਿਆ ਸਨ ਸਿੱਧੂ ਪਲਾਜ਼ਾ। ਅਤੇ ਉਹ ਪਲਾਜ਼ੇ ਦੇ ਵਹਿੰਦੇ ਪਏ ਹੈ ਅਤੇ ਪਲਾਜ਼ਾ ਤੁਹਾਨੂੰ ਵਿਊ ਕਰਦੇ ਪਲਾਜ਼ਾ ਤੁਹਾਨੂੰ ਦਿਖਾਉਂਦੇ ਹੈ ਅਤੇ ਚਲਦੇ ਹੈ ਉਹ ਪਲਾਜ਼ੇ ਦੇ ਤੁਹਾਨੂੰ ਪਲਾਜ਼ੇ ਦਿਖਾਉਂਦੇ। ਬੜਾ ਹੀ VIP ਬਣਦਾ ਪਿਆ ਸਾਰੇ ਇਲਾਕੇ ਦੇ ਵਿੱਚ, ਬੜਾ ਹੀ VIP ਪਲਾਜ਼ਾ ਬਣਦਾ ਪਿਆ, ਤੁਹਾਨੂੰ ਵੀਡੀਓ ਸ਼ੇਅਰ ਕਰਦੇ ਹੈ ਅਤੇ ਚਲਦੇ ਹਾਂ। ਫਾਈਨਲੀ ਅਸਾਂ ਪਹੁੰਚ ਆਏ ਹਾਂ ਉਹ ਪਲਾਜ਼ਾ ਦੇ ਅਤੇ ਉਹ ਪਲਾਜ਼ਾ ਤੁਹਾਨੂੰ ਦਿਖਾਉਂਦੇ ਪਏ। ਬੜਾ ਹੀ ਲੰਬਾ ਬਣਦਾ ਪਿਆ ਪਲਾਜ਼ਾ ਦੇਖ ਸਕਦੇ ਪਏ, ਇੱਟਾਂ ਖਿੰਡੇ ਪਏ ਅਤੇ ਇੱਟਾਂ ਦੇ ਕੰਮ ਥੀਂਦਾ ਪਏ ਦੇਖ ਸਕਦੇ ਪਏ, ਪਿੱਲਰ ਖੜ੍ਹੇ ਥੇ ਖੜ੍ਹੇ ਨੇ ਅਤੇ ਸਿੱਧੂ ਪਲਾਜ਼ਾ ਬਣਦਾ ਪਏ। ਬਹੁਤ ਹੀ ਲੰਬਾ ਪਲਾਜ਼ਾ ਹੈ, ਪਿਛਾਤੀ ਘਰ ਹੈ, ਤੁਹਾਨੂੰ ਮੈਨੂੰ ਵਿਊ ਦਿਖਾਉਂਦਾ ਪਿਆ, ਤੁਸੀਂ ਦੇਖ ਸਕਦੇ ਪਏ ਪਿਛਾਤੀ ਘਰ ਪਲਾਜ਼ਾ ਬਣਦਾ ਪਿਆ, ਉਹ ਚਾਚਾ ਰੋੜੀ ਵਾਲਾ ਡੇ ਗੰਦ ਪੈਂਦਾ ਪਿਆ ਰੋੜੀ ਦੇ ਵਿੱਚ, ਸਿੱਧੂ ਪਲਾਜ਼ਾ ਬਣਦਾ ਪਿਆ ਦੇਖ ਸਕਦੇ ਤੁਸੀਂ। ਤੋੜ ਤੇ ਕਰ ਲੰਬਾ ਪਲਾਜ਼ਾ ਬਣਦਾ ਪਿਆ ਦੋਸਤੋ, ਹੁਣ ਅਸੀਂ ਦੁਬਾਰਾ ਮਿਲਦਾ ਪਿਆ ਆਪਣੇ ਘਰ ਦੇ, ਤੁਸੀਂ ਵਿਊ ਦੇਖ ਕੇ ਤਾਂ ਅਸੀਂ ਕਮੈਂਟਸ ਜ਼ਰੂਰ ਡਿਸਕਸ ਕਿਵੇਂ ਬਣਦਾ ਪਿਆ। ਇਹਦਾ ਖੁਦ ਨਾਂ ਹੀ ਸਿੱਧੂ ਪਲਾਜ਼ਾ ਰੱਖਿਆ ਪਿਆ, ਇਹਦਾ ਖੁਦ ਨਾਂ ਹੀ ਸਿੱਧੂ ਪਲਾਜ਼ਾ ਰੱਖਿਆ ਪਿਆ ਦੋਸਤੋ।